ਸਤਿ ਸ਼੍ਰੀ ਅਕਾਲ ਯੂਨੀਕ ਮੋਟੀਵੇਸ਼ਨ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਦੇ ਹਾਂ ਸਿਰਫ ਤੇ ਸਿਰਫ ਬੁੱਚੜਾਂ ਦੀ ਬੁੱਚੜ ਮਤਲਬ ਆਮ ਆਦਮੀ ਪਾਰਟੀ ਤੁਸੀਂ ਜਾਣਦੇ ਹੋ ਸਾਰੇ ਸੋ ਆਮ ਆਦਮੀ ਪਾਰਟੀ ਨੇ ਜਿੱਤ ਕੇ ਜਿਹੜਾ ਸਵੇਰ ਦਾ ਜਸ਼ਨ ਮਨਾਉਣ ਨਾਲ ਲੋਕਾਂ ਨੂੰ ਗਾਲਾਂ ਕੱਢਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਉਹ ਨਿਹਾਇਤੀ ਜਿਹੜੀਆਂ ਕਿ ਨਿੰਦਣ ਯੋਗ ਹੈਗੀਆਂ ਹੁਣ ਤੁਸੀਂ ਆਪ ਹੀ ਸੁਣ ਲਵੋ ਕਿ ਇਹ ਕੀ ਕਹਿ ਰਹੇ ਨੇ ਹੁਣ ਬਲਕੌਰ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਕਿ ਚੱਪਣੀ ਚ ਪਾਣੀ ਪਾ ਕੇ ਨੱਕ ਡਬੋ ਕੇ ਮਰ ਜਾ ਤੇ ਜਾਂ ਚੁੱਪ ਕਹਿੰਦੇ ਨਾ ਰੱਬ ਨੱਕ ਸੁਣ ਨਾ ਹੀ ਲੱਤ ਮਾਰਦਾ ਜਦੋਂ ਕਹਿੰਦੇ ਮਾਰਦਾ ਮੱਤ ਮਾਰਦਾ ਸੋ ਇਹ ਰੱਬ ਦੀ ਜਿਹੜੀ ਡਾਂਗ ਦੇ ਵਿੱਚ ਉਦੋਂ ਪਤਾ ਨਹੀਂ ਲੱਗਣਾ ਜਦੋਂ ਇਹਨਾਂ ਦੀ ਮੱਤ ਮਾਰੀ ਜਾਣੀ ਹੈ ਜਦੋਂ ਇਹਨਾਂ ਨੂੰ ਰੱਬ ਦੀ ਡਾਂਗ ਪੈਣੀ ਹੈ ਕਿਹੜਾ ਇਨਸਾਨ ਆਪਣੇ ਪੁੱਤ ਨੂੰ ਮਾਰ ਕੇ ਤੇ ਇਹੋ ਜਿਹੀਆਂ ਚੀਜ਼ਾਂ ਕਰੇਗਾ ਜਿਹੜੀਆਂ ਇਹ ਕਹਿ ਰਹੇ ਨੇ ਔਰ ਇਸ ਇਨਸਾਨ ਦੀਆਂ ਜਿਹੜੀਆਂ ਲਫ਼ਜ਼ ਆ ਇਸ ਇਨਸਾਨ ਦੇ ਉਹਨਾਂ ਦੇ ਵਿੱਚ ਰੱਤੀ ਭਰ ਵੀ ਸ਼ਰਮ ਨਹੀਂ ਹੈਗੀ ਇਹੋ ਜਿਹੜੇ ਸਿੱਖ ਹੈਗੇ ਆ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਸਿੱਖੀ ਨੂੰ ਬਦਨਾਮ ਕਰਦੇ ਆ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਸਿੱਖਾਂ ਨੂੰ ਕਿਤੇ ਨਰਕਾਂ ਚ ਵੀ ਢੋਈ ਨਹੀਂ ਮਿਲੇਗੀ ਇਹ ਲੋਕਾਂ ਦੀ ਸੇਵਾ ਕਰ ਸਕਦੇ ਆ ਇੱਕ ਪਾਸੇ ਉਹ ਸਿੱਖ ਹੈਗੇ ਨੇ ਕਿ ਜਿਹੜੇ ਲੰਗਰ ਛਕਾ ਛਕਾ ਕੇ ਜਿਹੜੇ ਆਪਣੇ ਸਿੱਖ ਧਰਮ ਨੂੰ ਬਹੁਤ ਅੱਗੇ ਪਹੁੰਚਾ ਰਹੇ ਆ ਤੇ ਇੱਕ ਇਹੋ ਜਿਹੇ ਕੁਕਰਮੀ ਸਿੱਖ ਹੈਗੇ ਆ ਜਿਨ੍ਹਾਂ ਨੂੰ ਪੂਰਾ ਅਕਲ ਤਾਂ ਹੈ ਨਹੀਂ ਹੈਗੀ ਜਿਨ੍ਹਾਂ ਨੂੰ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਹਾਂ ਉਹਨਾਂ ਦੀ ਬਦਨਾਮੀ ਹੋਏਗੀ ਸੋ ਇੱਕ ਆਮ ਆਦਮੀ ਪਾਰਟੀ ਨੇ ਜੋ ਇਹਨਾਂ ਦੇ ਵਾਸਤੇ ਮਾਫ਼ੀ ਮੰਗੀ ਹੈ ਉਹ ਇਨਸਾਨ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਚਲੋ ਉਹਨੇ ਅੱਛਾ ਕੀਤਾ ਜਾਂ ਬੁਰਾ ਕੀਤਾ ਸਾਨੂੰ ਨਹੀਂ ਪਤਾ ਉਹਦੇ ਮਨ ਵਿੱਚ ਕੀ ਪਰ ਉਹਦੇ ਬੋਲਾਂ ਨੇ ਤੇ ਇਹ ਕਹਿ ਦਿੱਤਾ ਨਾ ਸਾਨੂੰ ਇਹਦੇ ਜਿਹੜੀ ਨਿੱਜੀ ਲਾਈਫ ਆ ਜਾਂ ਇਹਨੇ ਆਪਣੇ ਨਿੱਜੀ ਬਿਆਨ ਦਿੱਤੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਸੋ ਹੁਣ ਇਹਨੂੰ ਵੀ ਤਾਂ ਨੱਕ ਡੁੱਬ ਕੇ ਮਰ ਜਾਣਾ ਚਾਹੀਦਾ ਨਾ ਤੁਸੀਂ ਆਪਣੇ ਮੁੰਡੇ ਮਰਵਾਓ ਤੁਸੀਂ ਉਹਨਾਂ ਦੇ ਅੱਗ ਦੇ ਉੱਪਰ ਉਹਦੇ ਸਿਵਿਆਂ ਦੇ ਉੱਪਰ ਇੱਦਾਂ ਵੋਟਾਂ ਮੰਗਣ ਜਾਓ ਤੁਹਾਨੂੰ ਪਤਾ ਲੱਗੇ ਔਰ ਫਸਟ ਆਫ ਆਲ ਇਸ ਇਨਸਾਨ ਨੂੰ ਜਾਣ ਲੈਣਾ ਚਾਹੀਦਾ ਕਿ ਉਹ ਵੋਟਾਂ ਮੰਗਣ ਨਹੀਂ ਆਇਆ ਸੀ ਉਹ ਵੋਟਾਂ ਖੋਣ ਆਇਆ ਔਰ ਇਹਨਾਂ ਇਨਸਾਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਤੁਹਾਨੂੰ ਵੋਟਾਂ ਪਈਆਂ ਕਿਉਂ ਆ 30% ਜਿਹੜੀ ਆਬਾਦੀ ਹੈਗੀ ਹੈ ਜਲੰਧਰ ਦੀ 30-40% ਉਹ ਤਾਂ ਬਾਹਰ ਬੈਠੀ ਹੈ ਹੁਣ ਅਸੀਂ ਆਪਣੀਆਂ ਵੋਟਾਂ ਕਿਹਨੂੰ ਪਾਈਆਂ ਕਿਸੇ ਨੂੰ ਵੀ ਨਹੀਂ ਸਾਡੀਆਂ ਤਾਂ ਖਰਾਬ ਹੋਈਆਂ ਨਾ ਔਰ ਜਿਹੜੇ ਲੋਕਾਂ ਨੂੰ ਸਿੱਧੂ ਦੇ ਨਾਲ ਹਮਦਰਦੀ ਸੀ ਉਹ ਸ਼ਾਇਦ ਵੋਟਾਂ ਪਾਉਣ ਹੀ ਨਹੀਂ ਗਏ ਅਗਰ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਦਿੰਦੇ ਤੁਹਾਡੇ ਖਿਲਾਫ਼ ਤਾਂ ਫਿਰ ਇਹ ਜਿਹੜੇ ਦੇਖੋ ਜਦੋਂ ਵੀ ਕਿਸੇ ਅਖਾੜੇ ਦੇ ਵਿੱਚ ਕੋਈ ਦੋ ਪਹਿਲਵਾਨ ਲੜਦੇ ਤਾਂ ਇੱਕ ਜਿੱਤਦਾ ਆ ਜਿਹੜਾ ਜਿੱਤ ਜਾਂਦਾ ਆ ਸਿਰਫ ਉਹ ਪਹਿਲਵਾਨ ਨਹੀਂ ਹੁੰਦਾ ਜਿਹੜਾ ਹਾਰ ਜਾਂਦਾ ਉਹ ਵੀ ਪਹਿਲਵਾਨ ਹੀ ਰਹਿੰਦਾ ਜਿੱਤ ਤੇ ਹਾਰ ਜਿਹੜਾ ਉਹ ਇੱਕ ਨਤੀਜਾ ਆ ਉਹ ਉਸ ਟਾਈਮ ਦਾ ਉਸ ਸਮੇਂ ਦਾ ਨਤੀਜਾ ਆ ਉਹ ਇਹਨਾਂ ਬੇਸ਼ਰਮਾਂ ਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਸਾਡਾ ਇੱਕ ਸਮੇਂ ਦਾ ਨਤੀਜਾ ਨਿਕਲਿਆ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਵੀ ਆਸ ਨਹੀਂ ਹੈਗੀ ਸੀ ਕਿ ਇਹ ਇੱਥੋਂ ਬਾਜ਼ੀ ਮਾਰਨਗੇ ਜਲੰਧਰ ਵਰਗੇ ਸ਼ਹਿਰ ਤੋਂ ਫਿਰ ਇਹ ਸੋਚ ਲਓ ਕਿ ਜਿਹਨੂੰ ਨਕਾਰਿਆ ਹੋਇਆ ਸੀ ਰਿੰਕੂ ਚਲੋ ਅਸੀਂ ਉਸ ਕਸਬੇ ਦੇ ਹੈਗੇ ਹਾਂ ਸਾਨੂੰ ਇਹ ਪਤਾ ਹੈ ਕਿ ਰਿੰਕੂ ਉੱਥੇ ਆਪਣੇ ਅੱਛੇ ਕੰਮ ਕਰ ਰਿਹਾ ਅਤੇ ਉਹਦੇ ਮੂੰਹ ਨੂੰ ਵੀ ਵੋਟਾਂ ਪੈ ਗਈਆਂ ਫਿਰ ਹੋਰ ਕਈ ਹਲਕਿਆਂ ਦੇ ਵਿੱਚੋਂ ਇਹਨਾਂ ਨੂੰ ਵੋਟਾਂ ਪੈ ਗਈਆਂ ਜਿੱਥੇ ਲੋਕਾਂ ਨੇ ਵੋਟਾਂ ਦਾ ਇਸਤੇਮਾਲ ਨਹੀਂ ਕੀਤਾ ਜਿਹੜੀਆਂ 40-45% ਵੋਟਾਂ ਨਹੀਂ ਪਈਆਂ ਹੈਗੀਆਂ ਉਹਦਾ ਇਸਤੇਮਾਲ ਕਿੱਥੇ ਹੋਣਾ ਸੀ ਤੁਹਾਨੂੰ ਕੀ ਪਤਾ ਕਿ ਉਹੀ ਲੋਕ ਵੋਟਾਂ ਨਹੀਂ ਪਾਉਣ ਗਏ ਹੋਣੇ ਕਹਿੰਦੇ ਆ ਨਾ ਜਦੋਂ ਗਿੱਦੜਾਂ ਦੀ ਮੌਤ ਆਉਂਦੀ ਤੇ ਗਿੱਦੜ ਆਪਣੇ ਆਪ ਜਿਹੜੇ ਪਹਾੜਾਂ ਵੱਲ ਨੂੰ ਆਪਣੇ ਆਪ ਉੱਥੇ ਤੁਰ ਪੈਂਦੇ ਆ ਕਿ ਜਿੱਥੇ ਉਹਨਾਂ ਦੀ ਮੌਤ ਦਾ ਟਿਕਾਣਾ ਲਿਖਿਆ ਹੁੰਦਾ ਸੋ ਇਹਨਾਂ ਦਾ ਵੀ ਖਰੇ ਅੰਤ ਆ ਗਿਆ ਆ ਤੁਸੀਂ ਵੀ 4 ਸਾਲ ਕੱਢ ਲਓ ਜੇ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਨਾ ਕਿ ਤੇਰੀ ਉਮਰ ਹੈਗੀ ਤੇ ਤੂੰ ਕੈਂਸਰ ਦੇ ਹੌਸਪੀਟਲ ਬਣਵਾ ਲੈ ਤੇਰੀਆਂ ਸਲਾਹਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਉਹਨਾਂ ਦੇ ਨਾਲ ਖੜਿਆ ਤੁਹਾਡੇ ਕੀ ਇਹ 4 ਸਾਲ ਹੈਗੇ ਆ ਕਿ ਨਹੀਂ ਹੈਗੇ ਜੁੱਤੀਆਂ ਤੁਹਾਨੂੰ ਪੈ ਰਹੀਆਂ ਤੁਸੀਂ ਸਿਰਫ ਆਪ ਹੀ ਉੱਠ ਉੱਠ ਕੇ ਆਪਣੀਆਂ ਜਿਹੜੀਆਂ ਬੋਲੀਆਂ ਦੇਈ ਜਾ ਰਹੇ ਹੋ ਜਾਂ ਤੁਹਾਨੂੰ ਵੋਟਾਂ ਪੈ ਗਈਆਂ ਉਹਨਾਂ ਦੇ ਵਿੱਚ ਤੁਸੀਂ ਇਹ ਨਾ ਸਮਝੋ ਕਿ ਇਹ ਲੋਕਤੰਤਰ ਸਾਰਾ ਤੁਹਾਡੇ ਵੱਲ ਹੋ ਗਿਆ ਇਹ ਸੋਚੋ ਕਿ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦੇ ਕਰਕੇ ਤੁਸੀਂ ਬਚ ਗਏ ਹੋ ਇਹ ਸੋਚੋ ਕਿ ਅਸੀਂ ਲੋਕ ਇੱਥੇ ਬਾਹਰ ਬੈਠੇ ਹਾਂ ਤੁਸੀਂ ਸਾਡੇ ਕਰਕੇ ਬਚ ਗਏ ਹੋ ਅਸੀਂ ਆਪਣੀ ਵੋਟ ਇਸਤੇਮਾਲ ਕੀਤੀ ਹੁੰਦੀ ਤਾਂ ਤੁਹਾਡੇ ਖਿਲਾਫ ਹੀ ਕਰਨੀ ਸੀ ਔਰ ਸਿੱਧੂ ਨੂੰ ਚਾਹ ਕੇ ਵੀ ਹੁਣ ਕੋਈ ਡੇਗ ਨਹੀਂ ਸਕਦਾ ਜਿਹੜਾ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਪਦਵੀ ਪਾ ਗਿਆ ਨਾ ਇੰਨੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਨਾ ਉਹ ਤੁਹਾਡੇ ਵਰਗਿਆਂ ਨੂੰ ਹੁਣ ਬੁੱਢੇ ਹੋ ਕੇ ਵੀ ਤੁਸੀਂ ਗਾਲਾਂ ਖਾ ਰਹੇ ਹੋ ਤੁਸੀਂ ਸਾਡੇ ਦਾਦਿਆਂ ਪੜਦਾਦਿਆਂ ਦੀ ਉਮਰ ਦੇ ਹੈਗੇ ਹੋ ਕੀ ਤੁਸੀਂ ਸੋਚਦੇ ਹੋ ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ ਕਦੀ ਵੀ ਨਹੀਂ ਇਹੋ ਜਿਹੇ ਇਨਸਾਨਾਂ ਦੀ ਰਿਸਪੈਕਟ ਕਰਦੇ ਇਹਨਾਂ ਤੇ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਗੁਰਦੁਆਰੇ ਚੜ੍ਹਨ ਨਹੀਂ ਦੇਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ
ਇਹੋ ਜਿਹੇ ਲੋਕਾਂ ਨੂੰ ਮੱਥਾ ਟੇਕਣ ਨਹੀਂ ਦੇਣਾ ਚਾਹੀਦਾ ਕਿਉਂਕਿ ਤੁਸੀਂ ਕਿਸੇ ਦੀ ਜਦੋਂ ਕਹਿੰਦੇ ਨਾ ਰੱਬ ਕਦੀ ਕਿਸੇ ਦਾ ਦਿਲ ਤੋੜਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈਗਾ ਰੱਬ ਕਹਿੰਦਾ ਨਾ ਢਾ ਦੇ ਮੰਦਰ ਢਾ ਦੇ ਮਸਜਿਦ ਢਾ ਦੇ ਜੋ ਕੁਝ ਢਹਿੰਦਾ ਇੱਕ ਨਾ ਢਾ ਵੀ ਦਿਲ ਬੰਦੇ ਦਾ ਰੱਬ ਦਿਲਾਂ ਵਿੱਚ ਰਹਿੰਦਾ ਉਹ ਤੈਨੂੰ ਤਾਂ ਉਹਦੀ ਵੀ ਸ਼ਰਮ ਨਹੀਂ ਆਈ ਤੈਨੂੰ ਤਾਂ ਆਪਣੀ ਬਾਣੀ ਦੀਆਂ ਚਿਤੁਕਾਂ ਵੀ ਚੇਤੇ ਭੁੱਲ ਗਈਆਂ ਕਦੀ ਤਾਂ ਗੁਰਦੁਆਰੇ ਗਿਆ ਹੋਊਗਾ ਤੈਨੂੰ ਤਾਂ ਉਹ ਵੀ ਬੇਸ਼ਰਮਾ ਸ਼ਰਮ ਨਹੀਂ ਆਈ तू साडे तो किन्ना वड्डा आ तू साडे कोलो किदा दी गल्लां सुन रहा पूरा वर्ड जिहड़ा अज तैनू तू तू कर रहा तू तू कर रहा तू की रीस कर लेगा उहदे प्यो दी सिद्धू दे प्यो दी तू रीस कर सकदा अपना पुत मरवा के ना अपना पुत तुहाडे वर्गे तीदरदा दे कोलो अपना पुत मरवा के गली गली ओ फिर भी सरदारा वांगू जाके ये कह रहा है कि मैनू इंसाफ नहीं मिल रहा होर कोई हुंदा तां दुख दे नाल मर जांदा और तेरे वर्गा इंसान हुंदा ना तां फिर छड्ड ही गल्लां दे तेरे वर्गे नूं ते नरकां दे विच वी ढोई नहीं मिलनी तुसी अपने पुत मरवाओ तुहानू पता लगे तुसी रब अगे अरदास करो कि परमात्मा साडा वी जवान पुत जावे ते सानू पता लगे कि दर्द की हुंदा है ओनू गाला कढ़न दे नालो इस दर्द नू फील कर लो ये इन्ना वड्डा दर्द आ एड्डी वड्डी आत आ कि पता नहीं किन्ना ने बुरे कर्म किते सी फैंस ने किते सी उहदे मां प्यो ने किते सी अपने सिद्धू ने किते सी जिहड़ा दुनिया दे विचों विछोड़ा दे के आया ते सानू विछोड़ा पै गया आ जां फिर जिहड़े तुहाडे रखैल रखे हुए आ जिहड़े जेलां दे विच उठ के फोन करदे आ पहलां गाले गाउंदे आ ते फिर फोन करदे आ कहिंदे ना जेलां चों फोन आउणगे जे फोन आण लग गए उहनां दे ਇਹ ਉਹਨਾਂ ਦੇ ਵੱਧ ਚੱਲਣਾ ਦਾ ਨਤੀਜਾ ਆ ਪਤਾ ਨਹੀਂ ਇਹ ਉਹਨਾਂ ਨੇ ਕਿਹੜੇ ਬੁਰੇ ਕਰਮ ਕੀਤੇ ਆ ਕਦੋਂ ਉਹਨਾਂ ਨੂੰ ਵੀ ਭੁਗਤਣੇ ਪੈਣੇ ਆ ਇਸ ਜਨਮ ਚ ਨਹੀਂ ਤਾਂ ਅਗਲੇ ਚ ਸਹੀ ਜਿਹੜਾ ਰੱਬ ਨੂੰ ਮੰਨਦਾ ਨਾ ਉਹ ਕਰਮਾਂ ਦੇ ਉੱਪਰ ਜ਼ਰੂਰ ਵਿਸ਼ਵਾਸ ਰੱਖਦਾ ਆ ਤੇ ਇਸ ਇਨਸਾਨ ਨੂੰ ਗਾਲਾਂ ਕੱਢਣ ਲੱਗੀਆਂ ਮਤਲਬ ਇੱਦਾਂ ਦੇ ਲਫ਼ਜ਼ ਅੱਜ ਕੱਲ੍ਹ ਕੋਈ ਵੀ ਇਨਸਾਨ ਆਪਣੇ ਦੁਸ਼ਮਣ ਨੂੰ ਨਹੀਂ ਬੋਲਦਾ ਕਿਉਂਕਿ ਇਹ ਕਲ ਯੁੱਗ ਦਾ ਜ਼ਮਾਨਾ ਆ ਲੋਕੀ ਡਰਦੇ ਆ ਲੋਕੀ ਰੱਬ ਕੋਲੋਂ ਨਾ ਸੀ ਉਸ ਕੱਲ ਦੇ ਕੋਲੋਂ ਡਰਦੇ ਆ ਜਿਹੜਾ ਯੁੱਗ ਚੱਲ ਰਿਹਾ ਆ ਉਸ ਯੁੱਗ ਦੇ ਕੋਲੋਂ ਚੱਲਦੇ ਆ ਕਲ ਯੁੱਗ ਦੇ ਨਾਮ ਕੋਲੋਂ ਚੱਲਦੇ ਆ ਕਿਉਂਕਿ ਇਹ ਯੁੱਗ ਬਹੁਤ ਭਾਰੀ ਹੈਗਾ ਇਹ ਤੇ ਅੱਜ ਕਹਿੰਦਾ ਮੈਨੂੰ ਮੂੰਹ ਚੋਂ ਕੱਢ ਮੈਂ ਤੈਨੂੰ ਦੁਨੀਆ ਚੋਂ ਕੱਢ ਦਵਾਂ ਸੋ ਦੁਨੀਆ ਦੇ ਲੋਕੋ ਇਸ ਇਨਸਾਨ ਨੂੰ ਲਾਂਤਾ ਪਾਓ ਜਿੰਨੀਆਂ ਹੋ ਸਕਦੀਆਂ ਆ ਤੁਹਾਡੇ ਕੋਲੋਂ ਇਸ ਇਨਸਾਨ ਨੂੰ ਪੂਰੇ ਕਮੈਂਟਸ ਦੇ ਵਿੱਚ ਲਾਂਤਾ ਪਾਓ ਇਸ ਲਾਂਤੀ ਇਨਸਾਨ ਨੂੰ ਜਿੰਨੀਆਂ ਗਾਲਾਂ ਕੱਢ ਹੁੰਦੀਆਂ ਆ ਓਨੀਆਂ ਕੱਢੋ ਕਿਉਂਕਿ ਇਹ ਇਨਸਾਨ ਨੇ ਦਿਲ ਸਾਰਿਆਂ ਦਾ ਦੁਖਾਇਆ ਆ ਠੀਕ ਹੈ ਬਹੁਤ ਤਾਜ਼ੀ ਗੱਲ ਆ ਬਹੁਤ ਹੀ ਦੁੱਖ ਵਾਲੀ ਗੱਲ ਆ ਕਿਸੇ ਦਾ ਜਵਾਨ ਪੁੱਤ ਚਲੇ ਗਿਆ ਦੁਨੀਆ ਤੇ ਉਹਨਾਂ ਦਾ ਕੁਛ ਨਹੀਂ ਬਚਿਆ ਉਹ ਕਿੱਦਾਂ ਤੁਰਦੇ ਹੋਣਗੇ ਉਹ ਕਿੱਦਾਂ ਗੱਲ ਕਰਦੇ ਹੋਣਗੇ ਜੇ ਉੱਥੇ ਰੈਲੀਆਂ ਕੱਢਣ ਆਏ ਸੀ ਆਪਣੇ ਆਪਣੀਆਂ ਪਾਰਟੀਆਂ ਵਾਸਤੇ ਤੇ ਉਹ ਕਹਿੰਦੇ ਕਿ ਸਾਡੀ ਪਾਰਟੀ ਨੂੰ ਜਿਤਾਓ ਇਸ ਵਾਰ ਸਾਨੂੰ ਮੌਕਾ ਦਿਓ ਅਸੀਂ ਤੁਹਾਡੇ ਕੰਮ ਕਰਾਂਗੇ ਪਰ ਬੁੱਚੜਾ ਉਹਨਾਂ ਨੇ ਤੇ ਇਹ ਕਿਹਾ ਕਿ ਜਿਹਨੂੰ ਪਾਉਣੀ ਤੁਸੀਂ ਵੋਟ ਪਾ ਲਓ ਸਿਰਫ ਆਮ ਆਦਮੀ ਨੂੰ ਨਾ ਪਾਓ ਕਿਉਂਕਿ ਮੈਨੂੰ ਇਨਸਾਫ਼ ਨਹੀਂ ਮਿਲੇਗਾ ਕੱਲ੍ਹ ਨੂੰ ਤੁਹਾਡੇ ਨਾਲ ਕੁਛ ਹੁੰਦਾ ਹੈ ਤੇ ਤੁਹਾਨੂੰ ਇਨਸਾਫ਼ ਨਹੀਂ ਮਿਲੇਗਾ ਹੁਣ ਤੂੰ ਇਨਸਾਫ਼ ਵਾਲੀਆਂ ਗੱਲਾਂ ਕਰਦਾ ਹੈ ਤੈਨੂੰ ਲੱਗਦਾ ਹੈ ਕਿ ਇਨਸਾਫ਼ ਦੇ ਰਹੇ ਹੋ ਤੁਸੀਂ ਤੁਸੀਂ ਤੇ ਜਿਹਨਾਂ ਦਾ ਕੋਈ ਕਸੂਰ ਨਹੀਂ ਜਿਹੜੇ ਤੁਹਾਡੇ ਜਿਹਨਾਂ ਨੇ ਤੁਹਾਨੂੰ ਹੁਣ ਵੀ ਵੋਟਾਂ ਪਾਈਆਂ ਹੋਣੀਆਂ ਹੋ ਸਕਦਾ ਉਹਨਾਂ ਦੇ ਵਿੱਚੋਂ ਵੀ ਕਿਸੇ ਕਿਸੇ ਇਨਸਾਨ ਨੂੰ ਇਸ ਗੱਲ ਦਾ ਦੁੱਖ ਆ ਗਿਆ ਹੋਵੇ ਕਿ ਇਹ ਕੀ ਕਰਦੇ ਆ ਇਹ ਕਿਉਂ ਇੱਦਾਂ ਗਾਲਾਂ ਕੱਢ ਰਿਹਾ ਹੈ ਕਿਉਂਕਿ ਜੇ 92 ਜਿਹੜੇ MLA ਉਹਨਾਂ ਦੇ ਵਿੱਚੋਂ ਇੱਕ ਅੱਧਾ ਬੋਲ ਪਿਆ ਆ ਤਾਂ ਕੀ ਗੱਲ ਲੋਕੀ ਨਹੀਂ ਬੋਲਣਗੇ ਕਿੰਨੇ ਲੋਕੀ ਬੋਲੇ ਹੋਣਗੇ ਜੇ ਉਹਨਾਂ MLA ਦੇ ਪਿੱਛੇ ਲੋਕੀ ਵੀ ਤਾਂ ਹਜ਼ਾਰਾਂ ਦੇ ਵਿੱਚ ਨਾ ਉਹ ਇਹਨੂੰ ਲਾਂਤਾਂ ਨਹੀਂ ਪਾਉਂਦੇ ਹੋਣਗੇ ਮੈਂ ਤਾਂ ਕਹਿੰਦੀ ਕਿੱਦਾਂ ਦਾ ਇਹ ਖੂਨ ਆ ਕਿਉਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਇਹ ਗੰਦਾ ਖੂਨ ਆ ਗਿਆ ਆ ਕਿਉਂਕਿ ਬਹੁਤ ਜਿਹੜੇ ਸਰਦਾਰ ਸਿਰ ਤੇ ਪੱਗਾਂ ਬੰਨ੍ਹ ਕੇ ਲਾਂਤੀ ਬਣੇ ਪਏ ਆ ਭਾਈ ਆਪਣੇ DNA ਚੈੱਕ ਕਰਵਾਓ ਲੱਗਦਾ ਨਹੀਂ ਹੈਗਾ ਕਿ ਤੁਸੀਂ ਸਰਦਾਰਾਂ ਦੀ ਫੈਮਿਲੀ 'ਚੋਂ ਆ ਤੁਸੀਂ ਸਰਦਾਰ ਹੋ ਤੁਸੀਂ ਵਾਲਮੀਕ ਹੋ ਕਿ ਤੁਸੀਂ ਜੱਟ ਹੋ ਉਹ ਬਾਅਦ ਦੀ ਗੱਲ ਆ ਪਰ ਤੁਸੀਂ ਸਰਦਾਰ ਨਹੀਂ ਹੈਗੇ ਤੁਸੀਂ ਸਿੱਖ ਹੀ ਨਹੀਂ ਹੈਗੇ ਤੁਹਾਡੇ ਵਿੱਚ ਇਹ ਜਿਹੜਾ ਗਰਜਣ ਵਾਲਾ ਸ਼ੇਰ ਦਾ DNA ਆ ਉਹ ਨਹੀਂ ਹੈਗਾ ਤੁਸੀਂ ਮਜਬੂਰ ਕਰਦੇ ਹੋ ਸਾਡੇ ਵਰਗਿਆਂ ਨੂੰ ਕਿ ਅਸੀਂ ਤੁਹਾਡੇ ਖਿਲਾਫ਼ ਬੋਲੀਏ ਸਾਨੂੰ ਕੀ ਪਤਾ ਸੀ ਤੂੰ ਕੌਣ ਹੈਗਾ ਕੌਣ ਨਹੀਂ ਹੈਗਾ ਪਰ ਤੂੰ ਆ ਤੇਰੀ ਆਪਣੀ ਜਿਹੜੀ ਕਰਤੂਤ ਆ ਇਹਦੇ ਤੋਂ ਪਤਾ ਲੱਗ ਗਿਆ ਕਿ ਤੂੰ ਕੌਣ ਆ ਸੋ ਮੈਂ ਇਹ ਕਹਾਂਗੀ ਕਿ ਰੱਜ ਰੱਜ ਕੇ ਲਾਂਤਾ ਪਾਓ ਇਸ ਇਨਸਾਨ ਨੂੰ
ਜਿੰਨੀਆਂ ਹੋ ਸਕਦੀਆਂ ਬਦ ਸੀਸਾਂ ਇਹਨੂੰ ਦਵੋ, ਇਹਨੂੰ ਨਰਕਾਂ ਚ ਢੋਈ ਨਾ ਮਿਲੇ। ਇਹੋ ਜਿਹੇ ਇਨਸਾਨ ਨੂੰ ਕਹਿੰਦੇ ਨਾ ਕਿ ਗਾਲ ਕਿਸੇ ਵੈਰੀ ਦੁਸ਼ਮਣ ਨੂੰ ਨਾ ਕੱਢੋ। ਇਹ ਵੈਰੀ ਨਹੀਂ ਹੈਗਾ, ਇਹ ਦੁਸ਼ਮਣ ਨਹੀਂ ਹੈਗਾ, ਇਹ ਪਾਪੀ ਇਨਸਾਨ ਆ। ਇਸ ਪਾਪੀ ਇਨਸਾਨ ਨੇ ਇੱਕ ਇਨਸਾਨ ਦਾ ਨਹੀਂ, ਇੱਕ ਮਾਂ ਪਿਓ ਦਾ ਨਹੀਂ, ਹਰ ਉਸ ਮਾਂ ਪਿਓ ਦਾ ਦਿਲ ਦੁਖਾਇਆ ਆ ਜੋ ਕਿ ਆਪਣੇ ਦਿਲ ਵਿੱਚ ਜਦੋਂ ਕਹਿੰਦੇ ਨਾ ਕਿਸੇ ਦਾ ਸਿਵਾ ਪਾਲਦਾ ਹੋਵੇ ਤੇ ਆਪਣੇ ਨੂੰ ਯਾਦ ਕਰਕੇ ਰੋਣ ਆ ਜਾਂਦਾ। ਤੈਨੂੰ ਬੇਦਰਦੀ ਆ, ਤੇਰੇ ਕਦੀ ਕੋਈ ਖਾਨਦਾਨ ਚ ਜਵਾਨ ਨਹੀਂ ਮਰਿਆ ਕਿ ਤੈਨੂੰ ਇੰਨਾ ਦੁੱਖ ਨਹੀਂ ਆਇਆ। ਉਹ ਲਾਂਤੀ ਆ, ਲੋਕਾਂ ਦੀਆਂ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਆ, ਪਰ ਇਹੋ ਜਿਹੀ ਜਿੱਤ ਨਹੀਂ ਹੁੰਦੀ। ਇਹੋ ਜਿਹੀ ਜਿੱਤ ਕਿਸੇ ਦੀ ਨਹੀਂ ਹੁੰਦੀ ਕਿ ਉੱਠ ਕੇ ਆਪਣੀ ਆਪੋਜਿਟ ਪਾਰਟੀ ਨੂੰ ਗਾਲਾਂ ਕੱਢੇ ਕਿਉਂਕਿ ਆਪੋਜਿਟ ਪਾਰਟੀ ਦੇ ਕਰਕੇ ਤੂੰ ਜਿੱਤ ਸਕਿਆ ਆ। ਪਰ ਇੱਦਾਂ ਦੀ ਕਿਸੇ ਦੇ ਵਿੱਚ ਕਾਬਲੀਅਤ ਨਹੀਂ ਹੋਣੀ ਚਾਹੀਦੀ ਕਿ ਉਹ ਆਪਣੇ ਆਪ ਨੂੰ ਜਿੱਤ ਕੇ ਦੂਸਰੇ ਨੂੰ ਗਾਲਾਂ ਕੱਢੇ, ਦੂਸਰੇ ਦੇ ਮੂੰਹ ਤੇ ਥੁੱਕੇ। ਇਹਨੇ ਤਾਂ ਕੋਈ ਕਸਰ ਨਹੀਂ ਛੱਡੀ ਹੈਗੀ ਕਿ ਜੇ ਤੁਸੀਂ ਕਹੋ ਨਾ ਕਿ ਕੁਛ ਮਾੜਾ ਮੋਟਾ ਵੀ ਛੱਡ ਦਿੱਤਾ ਹੈ। ਮੈਂ ਕਹਿੰਦੀ ਇਸ ਲਾਂਤੀ ਇਨਸਾਨ ਨੇ ਕੁਛ ਵੀ ਨਹੀਂ ਛੱਡਿਆ ਪਿੱਛੇ ਕਿ ਇਸ ਇਨਸਾਨ ਨੂੰ ਕਦੀ ਮਾਫ ਕੀਤਾ ਜਾਵੇ। ਸੋ ਇਹ ਦੂਸਰੀ ਕਿ ਤੀਸਰੀ ਵਾਰ ਕਹਿ ਰਹੀ ਹੈ, ਜਿੰਨੀਆਂ ਲਾਂਤਾਂ ਹੋ ਸਕਦੀਆਂ ਨੂੰ ਪਾਵੋ। ਇਹਦੇ ਨਾਲ ਹੀ ਧੰਨਵਾਦ, ਸਤਿ ਸ਼੍ਰੀ ਅਕਾਲ।